ਗੁਰੂ ਗ੍ਰੰਥ ਸਾਹਿਬ ਜੀ ਦੇ ਸਤਿਕਾਰ ਦੇ ਨਾਮ ਦੇ ਉੱਪਰ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਚਾਰ ਨਾਲ ਹੀ ਅੱਜ ਸਾਨੂੰ ਤੋੜਿਆ ਜਾ ਰਿਹਾ। ਤੁਸੀਂ ਪੁੱਛੋਗੇ ਉਹ ਕਿਵੇਂ, ਵੀ ਗੁਰੂ ਗ੍ਰੰਥ ਸਾਹਿਬ ਦੇ ਸਤਿਕਾਰ ਦੇ ਨਾਂ 'ਤੇ ਸਾਨੂੰ ਬਾਣੀ ਨਾਲੋਂ ਕਿਵੇਂ ਤੋੜਿਆ ਜਾ ਰਿਹਾ। ਮੈਂ ਉਦਾਹਰਣ ਆਪਦੇ ਸਾਹਮਣੇ ਰੱਖਾਂਗਾ। ਬਹੁਤੀ ਵਾਰ ਨਾ ਪਤਾ ਕੀ ਹੁੰਦਾ, ਜਦੋਂ ਸਮਾਜ ਵਿੱਚ ਵਿਚਰਦੇ ਹਾਂ ਤਾਂ ਅਕਸਰ ਚਲੋ ਸਾਡਾ ਤਾਂ ਕੰਮ ਇਹ ਪ੍ਰਚਾਰ ਦਾ, ਸਾਨੂੰ ਤਾਂ ਵਿਚਰਨਾ ਪੈਂਦਾ, ਅਸੀਂ ਵਿਚਰਦੇ ਹਾਂ ਸਮਾਜ ਦੇ ਵਿੱਚ, ਲੋਕਾਂ ਵਿੱਚ ਦੇਖਦੇ ਹਾਂ, ਸਾਨੂੰ ਇਹ ਗੱਲਾਂ ਸੁਣਨ ਨੂੰ ਮਿਲਦੀਆਂ ਨੇ ਵੀ ਵੇਖੋ ਜੀ ਇਹ ਬੰਦਾ ਤਾਂ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ, ਗੁਰੂ ਗ੍ਰੰਥ ਸਾਹਿਬ ਦਾ ਸਰੂਪ ਤਾਂ ਮੋਬਾਈਲ ਵਿੱਚ ਹੀ ਪਾਈ ਫਿਰਦਾ, ਅਤੇ ਮੋਬਾਈਲ ਕਦੀ ਥੱਲੇ ਡਿੱਗਣਾ, ਕਦੀ ਗੰਦਾ ਹੋਣਾ, ਕਦੀ ਇੱਦਾਂ ਦੀ ਗੱਲਬਾਤ ਬਹੁਤ ਹੀ ਵਾਰੀ ਇੱਦਾਂ ਮਿਲਦਾ। ਸਾਨੂੰ ਇੱਕ ਤਰੀਕੇ ਨਾਲ ਬਾਣੀ ਨਾਲੋਂ ਤੋੜਿਆ ਜਾ ਰਿਹਾ। ਹੁਣ ਜੇ ਮੰਨ ਲਓ ਅਸੀਂ ਨਾ ਸਾਡੀ ਸੋਚ ਇੱਦਾਂ ਨਹੀਂ ਹੋ ਚੁੱਕੀ, ਅਸੀਂ ਸੋਚਦੇ ਹਾਂ ਵੀ ਸਿਰਫ ਜਿਹੜੀ ਗੁਰੂ ਦੀ ਸੰਗਤ ਆ ਉਹ ਗੁਰੂ ਗ੍ਰੰਥ ਸਾਹਿਬ ਜੀ ਹਜ਼ੂਰੀ ਵਿੱਚ ਬੈਠ ਕੇ ਹੀ ਹੋਣੀ ਆ। ਗੁਰੂ ਦੀ ਸੰਗਤ ਅਸੀਂ ਕੇਵਲ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਬੈਠ ਕੇ ਨਹੀਂ ਹੋਣੀ, ਗੁਰੂ ਦੀ ਸੰਗਤ ਗੁਰੂ ਦੀ ਹਜ਼ੂਰੀ ਵਿੱਚ ਵੀ ਹੈ, ਅਤੇ ਜਿੱਥੇ ਅਸੀਂ ਆਪਣੇ ਜੀਵਨ ਦੇ ਵਿੱਚ ਗੁਰੂ ਦੀ ਸਿੱਖਿਆ ਨੂੰ ਧਾਰਨ ਕੀਤਾ ਹੈ ਨਾ, ਉੱਥੇ ਵੀ ਅਸੀਂ ਸੱਚ ਦੀ ਸੰਗਤ ਕਰ ਰਹੇ ਹਾਂ, ਉੱਥੇ ਵੀ ਗੁਰੂ ਦੀ ਸੰਗਤ ਹੀ ਅਸੀਂ ਕਰ ਰਹੇ ਹਾਂ। ਜੇ ਸਾਡੇ ਜੀਵਨ ਦੇ ਵਿੱਚ ਗੁਰੂ ਦੀ ਵਿਚਾਰ ਹੈ, ਜੇ ਸਾਡੇ ਜੀਵਨ ਦੇ ਵਿੱਚ ਸੱਚ, ਸੰਤੋਖ, ਦਇਆ, ਧਰਮ, ਧੀਰਜ ਇਹ ਪਰਮਾਤਮਾ ਵਾਲੇ ਗੁਣ ਸਾਡੇ ਜੀਵਨ ਵਿੱਚ ਹਨ, ਤਾਂ ਅਸੀਂ ਹਰ ਜਗ੍ਹਾ 'ਤੇ ਸੱਚ ਦੀ ਸੰਗਤ ਕਰ ਰਹੇ ਹਾਂ, ਗੁਰੂ ਦੀ ਸੰਗਤ ਕਰ ਰਹੇ, ਸੱਚ ਸੰਗਤ ਕਰ ਰਹੇ ਹਾਂ। ਜੇ ਅਸੀਂ ਮੰਨ ਲਓ ਜੇ ਕੋਈ ਡਾਕਟਰ ਆ, ਡਾਕਟਰ ਆਪਣਾ ਇਮਾਨਦਾਰੀ ਦੇ ਨਾਲ ਕੰਮ ਕਰ ਰਿਹਾ, ਤਾਂ ਉਹ ਸੰਗਤ ਕਰ ਰਿਹਾ ਹੋਸਪਿਟਲ ਦੇ ਵਿੱਚ ਬੈਠ ਕੇ ਵੀ ਗੁਰੂ ਦੀ ਸੰਗਤ ਕਰ ਰਿਹਾ। ਹੁਣ ਜਿਹੜੀ ਮੈਂ ਗੱਲ ਪਹਿਲਾਂ ਕੀਤੀ ਆ ਵੀ ਅੱਜ ਬੜੇ ਲੋਕ ਕਹਿੰਦੇ ਨੇ ਵੀ ਮੋਬਾਈਲ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਪਾ ਕੇ, ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਪਾ ਕੇ ਅਤੇ ਬਾਣੀ ਦੀ ਬੇਅਦਬੀ ਕੀਤੀ ਜਾ ਰਹੀ ਹੈ, ਬਾਣੀ ਦੀ ਬੇਕਦਰੀ ਕੀਤੀ ਜਾ ਰਹੀ ਆ। ਹੁਣ ਕਿਸੇ ਇਨਸਾਨ ਨੇ ਫੋਰਨ ਜਾਣਾ ਹੋਵੇ, ਜਾਂ ਗੁਰੂ ਦੀ ਸੰਗਤ ਜਿਹੜੀ ਹੈ ਨਾ ਉਹ ਅਸੀਂ ਕਿਤੇ ਵੀ ਕਰ ਸਕਦੇ, ਕਿਸੇ ਇਨਸਾਨ ਨੇ ਬਾਹਰ ਜਾਣਾ ਹੋਵੇ ਜਾਂ ਅਸੀਂ ਵੀ ਕਿਤੇ ਬਾਹਰ ਜਾਣਾ ਹੋਵੇ, ਅਸੀਂ ਬਾਣੀ ਪੜ੍ਹਨੀ ਹੋਵੇ ਉੱਥੇ ਜਾ ਕੇ, ਤਾਂ ਕੀ ਅਸੀਂ ਉੱਥੇ ਗੁਰੂ ਜੀ ਦਾ ਸਰੂਪ ਲੈ ਕੇ ਜਾਵਾਂਗੇ ਨਾਲ, ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਨਾਲ ਲੈ ਕੇ ਜਾ ਸਕਦੇ ਹਾਂ? ਜੇ ਮੰਨ ਲਓ ਅਸੀਂ ਸੈਰ ਕਰਨ ਜਾਈਏ, ਅਸੀਂ ਸਵੇਰੇ ਸੈਰ ਕਰਨ ਜਾ ਰਹੇ ਹਾਂ, ਸੈਰ ਕਰਦਿਆਂ ਕਰਦਿਆਂ ਕੀ ਅਸੀਂ ਗੁਟਕਾ ਸਾਹਿਬ ਨਾਲ ਹੀ ਨਾਲ ਪੜ੍ਹ ਸਕਦੇ ਹਾਂ? ਨਹੀਂ ਪੜ੍ਹ ਸਕਦੇ, ਨਹੀਂ ਖੜ੍ਹ ਸਕਦੇ। ਇਸ ਲਈ ਫੋਨ ਦੇ ਵਿੱਚ ਸਤਿਗੁਰੂ ਜੀ ਦੀ ਬਾਣੀ ਹੋਣੀ ਬੜੀ ਜ਼ਰੂਰੀ ਆ ਅਤੇ ਬੜੀ ਵਧੀਆ ਗੱਲ ਆ। ਇਸ ਨਾਲ ਗੁਰੂ ਦੀ ਬੇਅਦਬੀ ਨਹੀਂ ਆ, ਗੁਰੂ ਦੀ ਬੇਅਦਬੀ ਉਦੋਂ ਆ ਜਦੋਂ ਅਸੀਂ ਗੁਰੂ ਦਾ ਕਹਿਣਾ ਨਹੀਂ ਮੰਨਦੇ। ਇੱਕ ਪਿਤਾ ਦੀ ਬੇਅਦਬੀ ਉਦੋਂ ਹੁੰਦੀ ਆ ਜਦੋਂ ਉਸ ਪਿਤਾ ਦਾ ਬੱਚਾ, ਪਿਤਾ ਦਾ ਪੁੱਤਰ ਜਾਂ ਉਹਦੀ ਧੀ, ਉਹਦੀ ਔਲਾਦ, ਉਹਦੇ ਬੱਚੇ ਉਹਦਾ ਕਹਿਣਾ ਨਾ ਮੰਨਣ। ਪਿਓ ਭਾਵੇਂ ਕਿੰਨਾ ਵੀ ਅਮੀਰ ਹੋਵੇ, ਜਦੋਂ ਪੁੱਤ ਉਹਦੇ ਕਹਿਣਾ ਨਾ ਮੰਨੇ, ਉਹਦੇ ਬੱਚੇ ਉਹਨਾਂ ਦਾ ਕਹਿਣਾ ਨਾ ਮੰਨਣ, ਇਹਦਾ ਭਾਵ ਕਿ ਪੁੱਤਰ ਆਪਣੇ ਪਿਤਾ ਦੀ ਬੇਅਦਬੀ ਕਰ ਰਹੇ, ਆਪਣੇ ਪਿਤਾ ਦੀ ਤੁਹੀਨ ਕਰ ਰਹੇ ਨੇ। ਪਰ ਜਦੋਂ ਪੁੱਤਰ ਜਾਂ ਬੱਚੇ ਆਪਣੇ ਪਿਤਾ ਤੋਂ ਭਾਵੇਂ ਸਰੀਰਕ ਤੌਰ 'ਤੇ ਦੂਰ ਵੀ ਹੋਣ, ਪਰ ਪਿਤਾ ਦੀਆਂ ਵਿਚਾਰਾਂ ਬੱਚੇ ਦੇ ਜੀਵਨ ਵਿੱਚ ਹੋਣ, ਬੱਚੇ ਦੇ ਦਿਮਾਗ ਵਿੱਚ ਹੋਣ, ਬੱਚੇ ਦੀ ਸੁਰਤ ਵਿੱਚ ਹੋਣ, ਤਾਂ ਬੱਚਾ ਪਿਤਾ ਦੀ ਸੰਗਤ ਕਰ ਰਿਹਾ, ਸੱਚ ਦੀ ਸੰਗਤ। ਹੁਣ ਬਹੁਤੀ ਵਾਰ ਵੇਖੋ ਅਸੀਂ ਆਪਣਾ ਇਤਿਹਾਸ ਖੋਲ ਕੇ ਵੇਖੀਏ, ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਅੱਜ ਸਰੀਰਕ ਤੌਰ 'ਤੇ ਸਾਡੇ ਨਾਲ ਨਹੀਂ ਆ, ਗੁਰੂ ਗੋਬਿੰਦ ਸਿੰਘ ਜੀ ਸਰੀਰਕ ਤੌਰ 'ਤੇ ਅੱਜ ਸਾਡੇ ਨਾਲ ਨਹੀਂ, ਪਰ ਉਹਨਾਂ ਦੀ ਵਿਚਾਰ ਅੱਜ ਸਾਡੇ ਜੀਵਨ ਵਿੱਚ ਹੈ, ਗੁਰੂ ਜੀ ਦੀ ਵਿਚਾਰ ਅੱਜ ਸਾਡੇ ਦਿਮਾਗ ਵਿੱਚ ਜੇ ਹੋਵੇ ਤਾਂ ਇਹਦਾ ਮਤਲਬ ਅਸੀਂ ਗੁਰੂ ਦੀ ਸੰਗਤ ਕਰ ਰਹੇ ਹਾਂ। ਸਰੀਰਕ, ਗੁਰੂ ਨੇ ਸਰੀਰ ਨੂੰ ਕੋਈ ਅਹਿਮੀਅਤ ਨਹੀਂ ਦਿੱਤੀ। ਅੱਜ ਸਾਨੂੰ ਭਾਵੇਂ ਇੰਨੀ ਗੱਲ ਕਹੀ ਜਾ ਰਹੀ ਹੈ ਵੀ ਗੁਰੂ ਸਾਹਿਬ ਦਾ ਸਰੂਪ, ਗੁਰੂ ਦੀ ਬਾਣੀ ਫੋਨ ਵਿੱਚ ਨਹੀਂ ਹੋਣੀ ਚਾਹੀਦੀ। ਜੇ ਕਿਸੇ ਸਿੱਖ ਨੇ ਜਹਾਜ਼ ਰਾਹੀਂ ਬਾਹਰ ਜਾਣਾ ਆ, ਜਾਂ ਜਿਹੜੀ ਮੈਂ ਪਹਿਲਾਂ ਐਗਜ਼ਾਮਪਲ ਦਿੱਤੀ ਆ ਸੈਰ ਵਾਲੀ, ਜੇ ਕਿਸੇ ਨੇ ਸੈਰ ਕਰਨੀ ਹੈ ਤਾਂ ਕੀ ਗੁਰੂ ਜੀ ਦਾ ਸਰੂਪ ਨਾਲ ਨਾਲ ਚੁੱਕੀ ਫਿਰੇਗਾ? ਨਹੀਂ ਪਿਆਰਿਓ, ਗੁਰੂ ਜੀ ਦਾ ਸਰੂਪ ਨਹੀਂ ਉੱਥੇ ਚੁੱਕੇਗਾ। ਉੱਥੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਮੋਬਾਈਲ ਦੇ ਰਾਹੀਂ ਪੜ੍ਹੀ ਜਾ ਸਕਦੀ ਆ, ਜੇ ਅਸੀਂ ਸੈਰ ਕਰਨ ਜਾ ਰਹੇ ਹਾਂ ਤਾਂ ਪੜ੍ਹੀ ਜਾ ਸਕਦੀ ਆ, ਜੇ ਅਸੀਂ ਸਕੂਲ ਜਾ ਰਹੇ ਹਾਂ ਤਾਂ ਪੜ੍ਹੀ ਜਾ ਸਕਦੀ ਆ, ਜੇ ਇੱਕ ਅਧਿਆਪਕ ਦਾ ਲੈਕਚਰ ਫ੍ਰੀ ਆ, ਪੀਰੀਅਡ ਫ੍ਰੀ ਹੈ, ਤਾਂ ਉਹ ਫੋਨ ਦੇ ਵਿੱਚ ਉਹ ਬਾਣੀ ਪੜ੍ਹ ਕੇ ਆਪਣੇ ਜੀਵਨ ਦੇ ਵਿੱਚ ਇੰਪਲੀਮੈਂਟ ਕਰ ਸਕਦਾ, ਉਸ ਬਾਣੀ ਨੂੰ ਆਪਣੇ ਜੀਵਨ ਵਿੱਚ ਲਿਆ ਸਕਦਾ। ਜੇ ਇੱਕ ਡਾਕਟਰ ਹੋਸਪਿਟਲ ਦੇ ਵਿੱਚ ਬੈਠਾ ਤਾਂ ਉੱਥੇ ਵੀ ਉਹ ਆਪਣੇ ਮੋਬਾਈਲ ਤੋਂ ਸਤਿਗੁਰੂ ਜੀ ਦੇ ਸਰੂਪ ਖੋਲ੍ਹ ਕੇ ਵਿੱਚ ਉਹ ਬਾਣੀ ਪੜ੍ਹ ਕੇ ਆਪਣੇ ਜੀਵਨ ਵਿੱਚ ਇੰਪਲੀਮੈਂਟ ਕਰ ਸਕਦਾ ਆ।
ਇਹਦੇ ਨਾਲ ਕੋਈ ਬੇਅਦਬੀ ਵਾਲਾ ਕੰਮ ਨਹੀਂ ਹੈ ਕਿ ਗੁਰੂ ਦੀ ਬੇਅਦਬੀ। ਇਹਦਾ ਸਭ ਤੋਂ ਵੱਡਾ ਰੀਜ਼ਨ ਹੈ ਕਿ ਸਾਡੇ ਜੀਵਨ ਅੰਦਰ ਬਾਣੀ ਦੀ ਵਿਚਾਰ ਆ ਜਾਂਦੀ ਹੈ। ਅਸੀਂ ਸਰੂਪ ਨੂੰ ਤਾਂ ਹਰ ਥਾਂ ਆਪਣੇ ਨਾਲ ਨਹੀਂ ਖੜ ਸਕਦੇ। ਸਰੂਪ ਹੁਣ ਪਿਤਾ ਹਰ ਥਾਂ 'ਤੇ ਇਹਦੇ ਬੱਚੇ ਦੇ ਨਾਲ ਨਹੀਂ ਜਾਂਦਾ, ਪਰ ਪਿਤਾ ਦੀਆਂ ਦਿੱਤੀਆਂ ਹੋਈਆਂ ਸਿੱਖਿਆਵਾਂ ਜਿਹੜੀਆਂ ਨੇ ਉਹ ਬੱਚੇ ਦੇ ਨਾਲ ਜਾਂਦੀਆਂ ਨੇ, ਉਹ ਹਰ ਥਾਂ ਬੱਚੇ ਨਾਲ ਜਾਂਦੀਆਂ ਨੇ। ਇਤਿਹਾਸ ਵਿੱਚ ਉਦਾਹਰਨ ਮਿਲਦੀ ਆ ਗੁਰੂ ਦਾ ਕਹਿਣਾ ਮੰਨਣ ਦੀ, ਗੁਰੂ ਦੇ ਸਤਿਕਾਰ ਦੀ ਉਦਾਹਰਨ ਸਾਨੂੰ ਬੜੀ ਪਿਆਰੀ ਮਿਲਦੀ। ਬਾਬਾ ਅਜੀਤ ਸਿੰਘ ਜੀ ਜੁਝਾਰ ਸਿੰਘ ਦੀ ਜੰਗ ਦੇ ਮੈਦਾਨ ਵਿੱਚ, ਅਤੇ ਬਾਬਾ ਜ਼ੋਰਾਵਰ ਸਿੰਘ ਜੀ ਅਤੇ ਬਾਬਾ ਫਤਿਹ ਸਿੰਘ ਜੀ ਸੂਬੇ ਦੀ ਕਚਹਿਰੀ ਵਿੱਚ ਜਦੋਂ ਜਾਂਦੇ ਆ ਨਾ, ਸੂਬੇ ਦੀ ਕਚਹਿਰੀ ਵਿੱਚ ਜਾਂਦੇ ਆ ਤਾਂ ਉੱਥੇ ਗੁਰੂ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਨਾਲ ਨਹੀਂ ਆ ਉਹਨਾਂ ਦੇ, ਗੁਰੂ ਗੋਬਿੰਦ ਸਿੰਘ ਜੀ ਉਹਨਾਂ ਦੇ ਨਾਲ ਨਹੀਂ ਗਏ, ਪਰ ਗੁਰੂ ਜੀ ਦੀ ਵਿਚਾਰ, ਗੁਰੂ ਜੀ ਦੀ ਸੋਚ, ਗੁਰੂ ਜੀ ਵੱਲੋਂ ਦਿੱਤੇ ਹੋਏ ਸੰਸਕਾਰ ਜਿਹੜੇ ਸੀ ਉਹ ਸਾਹਿਬਜ਼ਾਦਿਆਂ ਦੇ ਜੀਵਨ ਵਿੱਚ ਵਸੇ ਸੀ। ਸਾਹਿਬਜ਼ਾਦਿਆਂ ਨੇ ਉੱਥੇ ਜਾ ਕੇ 70-70 ਸਾਲ ਦੇ ਬਜ਼ੁਰਗਾਂ ਦੀਆਂ ਕਾਜ਼ੀਆਂ ਦੀਆਂ ਵੀ ਗੋਡੀਆਂ ਲਵਾ ਦਿੱਤੀਆਂ। ਕਿਉਂ? ਕਿਉਂਕਿ ਗੁਰੂ ਜੀ ਦੀ ਦਿੱਤੀ ਹੋਈ ਵਿਚਾਰ, ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਦਾ ਜਿਹੜਾ ਨਿਚੋੜ ਸੀ ਉਹ ਉਹਨਾਂ ਦੇ ਜੀਵਨ ਵਿੱਚ ਵਸਿਆ ਹੋਇਆ ਸੀ। ਅਸਲ ਸਤਿਕਾਰ ਉਹ ਹੈ ਵੀ ਜੇ ਗੁਰੂ ਸਾਡੇ ਨੇੜੇ ਹੋਵੇ, ਸਰੀਰਕ ਪੱਖ 'ਤੇ ਹੋਵੇ ਚਾਹੇ ਨਾ ਹੋਵੇ, ਤਾਂ ਵੀ ਅਸੀਂ ਆਪਣਾ ਜੀਵਨ ਗੁਰੂ ਦੇ ਅਨੁਸਾਰ ਹੀ ਬਣਾ ਕੇ ਰੱਖੀਏ, ਤਾਂ ਵੀ ਅਸੀਂ ਸੱਚ, ਸੰਤੋਖ, ਦਇਆ, ਧਰਮ, ਧੀਰਜ ਆਪਣੇ ਜੀਵਨ ਦੇ ਵਿੱਚ ਕਮਾ ਕੇ ਰੱਖੀਏ। ਅਸਲ ਵਿੱਚ ਇਹ ਗੁਰੂ ਦਾ ਸਤਿਕਾਰ ਹੈ, ਗੁਰੂ ਦਾ ਕਹਿਣਾ ਮੰਨਣਾ ਹੀ ਗੁਰੂ ਦਾ ਸਤਿਕਾਰ ਹੈ। ਸਿਰਫ ਵੱਡੇ ਵੱਡੇ ਰੁਮਾਲੇ ਦੇ ਦੇਣੇ, ਵੱਡੇ ਵੱਡਾ ਚੰਦੋਆ ਸਾਹਿਬ ਦਾਨ ਕਰ ਦੇਣੇ, ਰੁਮਾਲੇ ਇੱਦਾਂ ਦੀ ਵਸਤੂਆਂ ਦੇ ਦੇਣੀਆਂ, AC ਲਵਾ ਦੇਣੇ, ਗੁਰਦੁਆਰਾ ਸਾਹਿਬ ਨੂੰ ਮਾਰਬਲ ਲਵਾ ਦੇਣਾ, ਸੋਨਾ ਲਵਾ ਦੇਣਾ, ਸਿਰਫ ਇਹੋ ਹੀ ਗੁਰੂ ਦਾ ਸਤਿਕਾਰ ਨਹੀਂ, ਜ਼ਰੂਰੀ ਹੈ, ਇਹ ਚੀਜ਼ਾਂ ਜ਼ਰੂਰੀ ਹਨ। ਰਮਾਲਾ ਸਾਹਿਬ ਜ਼ਰੂਰੀ ਹੈ, ਚੌਰ ਸਾਹਿਬ ਜ਼ਰੂਰੀ ਹੈ, ਸਾਰਾ ਕੁਝ ਵਧੀਆ ਹੋਣਾ ਚਾਹੀਦਾ ਹੈ, AC ਹੋਣਾ ਚਾਹੀਦਾ ਹੈ ਵਧੀਆ, ਜਿੱਥੇ ਕਿਤੇ ਜ਼ਰੂਰਤ ਹੋਵੇ ਪੱਖੇ ਹੋਣੇ ਚਾਹੀਦੇ ਨੇ, ਕੋਈ ਦੋ ਰਾਏ ਨਹੀਂ, ਇਹ ਚੀਜ਼ਾਂ ਹੋਣੀਆਂ ਚਾਹੀਦੀਆਂ ਨੇ। ਪਰ ਅਸਲ ਗੁਰੂ ਦਾ ਸਤਿਕਾਰ ਹੈ ਗੁਰੂ ਦੀ ਆਗਿਆ ਨੂੰ ਆਪਣੇ ਜੀਵਨ ਵਿੱਚ ਲੈ ਕੇ ਆਉਣਾ, ਇਹ ਗੁਰੂ ਦਾ ਸਭ ਤੋਂ ਵੱਡਾ ਸਤਿਕਾਰ ਹੈ। ਬਾਹਰੀ ਤੌਰ 'ਤੇ ਸਤਿਕਾਰ ਵੀ ਜ਼ਰੂਰੀ ਹੈ, ਪਰ ਅਸਲ ਸਤਿਕਾਰ ਹੈ ਗੁਰੂ ਦੀ ਜਿਹੜੀ ਆਗਿਆ, ਜਿਹੜਾ ਜਿਹੜੀ ਜਿਹੜੀ ਗੱਲ ਸਾਨੂੰ ਗੁਰੂ ਕਹਿ ਰਿਹਾ ਨਾ, ਉਹ ਗੱਲ ਸਾਡੇ ਜੀਵਨ ਵਿੱਚ ਆਉਣੀ ਚਾਹੀਦੀ ਹੈ, ਇਹ ਹੈ ਗੁਰੂ ਦਾ ਅਸਲ ਸਤਿਕਾਰ।